ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਫਾਸਟ ਲਾਈਵ। ਹੁਸ਼ਿਆਰਪੁਰ ਫਾਸਟ ਲਾਈਵ ਦੀ ਟੀਮ ਸ਼੍ਰੀ ਦਰੋਣ ਮੰਦਿਰ ਸ਼ਿਵਬਾੜੀ ਪਹੁੰਚੀ ਹੈ। ਆਓ ਇੱਥੇ ਗੱਲਬਾਤ ਕਰੀਏ ਪੁਜਾਰੀ ਜੀ ਨਾਲ ਤੇ ਸੰਗਤਾਂ ਦੇ ਨਾਲ, ਕਿਉਂਕਿ ਇੱਥੇ ਬਹੁਤ ਪ੍ਰਾਚੀਨ ਕਹਾਣੀ ਹੈਗੀ ਕਿ ਅੱਜ ਦੇ ਵਿਸਾਖੀ ਤੋਂ ਬਾਅਦ ਜਾਂ ਸ਼ਨੀਵਾਰ ਆਉਂਦਾ ਉਸ ਦਿਨ ਭੋਲੇ ਨਾਥ ਇੱਥੇ ਆ ਕੇ ਕਿਸੇ ਰੂਪ ਚ ਵੀ ਘੁੰਮਦੇ ਨੇ, ਤੇ ਆਓ ਗੱਲਬਾਤ ਕਰੀਏ ਸ਼ਰਧਾਲੂਆਂ ਨਾਲ ਤੇ ਪੁਜਾਰੀ ਜੀ ਨਾਲ। ਅਜੀ ਸ਼ਰਮਾ ਜੀ, ਦ੍ਰੋਣਾਚਾਰੀ ਕੀ ਲੜਕੀ ਨੇ ਤਪੱਸਿਆ ਕੀ ਥੀ, ਜੈਸੇ ਕਿ ਬਜ਼ੁਰਗ ਹਮਕੋ ਬਤਾਤੇ ਹੈ, ਉਨਕੀ ਤਪੱਸਿਆ ਪੇ ਖੁਸ਼ ਹੋ ਕੇ ਬਾਅਦ ਮੈਂ ਭੋਲੇ ਸ਼ੰਕਰ ਯਹਾਂ ਪ੍ਰਗਟ ਹੋਏ ਥੇ। ਜਬ ਪ੍ਰਗਟ ਹੋਏ ਬੱਚੋਂ ਕੋ ਪਤਾ ਲਗਾ ਕਿ ਜੋ ਭੋਲੇ ਸ਼ੰਕਰ ਹੈ ਤੋ ਉਹਨਾਂ ਕਾ ਹੱਥ ਕਿਹਾ ਕਿ ਆਪ ਯਹੀਂ ਪੇ ਰਹੋ, ਆਪਕੀ ਪੂਜਾ ਪਾਠ ਜਿਹੀ ਵੀ ਕਿਹਾ ਕਰੇਗੇ। ਹੁਣ ਬੱਚੋਂ ਦੇ ਹੱਥ ਕਰਨੇ ਕੇ ਉੱਪਰ ਇਸ ਪਿੰਡੀ ਦੀ ਉਹਨਾਂ ਸਥਾਪਨਾ ਕੀ ਔਰ ਕਹਾ ਕਿ ਇਸ ਜਗ੍ਹਾ ਮੇਰਾ ਬਾਸ ਰਹੇਗਾ, ਜਬ ਵੀ ਤੁਮੇ ਯਾਦ ਕਰੋਗੀ ਯਹੀਂ ਸੇ ਪ੍ਰਗਟ ਹੋ ਜਾਊਂਗਾ। ਔਰ ਉਹਨਾਂ ਨੇ ਬਚਨ ਕਿਹਾ ਕਿ ਇਸ ਦਿਨ ਮੈਂ ਜਹਾਂ ਪੇ ਪੂਰਾ ਦਿਨ ਵਿਰਾਜਮਾਨ ਰਹਾ ਕਰੂੰਗਾ। ਉਹ ਦਿਨ ਹੈ ਵਿਸਾਖੀ ਕੇ ਬਾਅਦ ਇੱਕ ਸ਼ਨੀਵਾਰ ਛੋੜ ਕੇ ਦੂਸਰਾ ਸ਼ਨੀਵਾਰ, ਜੋ ਕਿ ਅੱਜ ਕਾ ਦਿਨ ਹੈ। ਜੇ 13 ਦਿਨ ਕੀ ਵਿਸਾਖੀ ਸੀ ਉਸ ਦਿਨ ਵੀ ਸ਼ਨੀਵਾਰ ਥਾ, ਤੋ ਅੱਜ ਤੋਂ ਦੂਸਰਾ ਸ਼ਨੀਵਾਰ ਹੈ, ਉਸੇ ਉਪਲਕਸ਼ ਮੇਂ ਜੀ ਮੇਲਾ ਲਗਾ ਹੁਆ ਹੈ। ਬਹੁਤ ਲੋਕ ਆ ਰਹੇ ਹੈ, ਜੋ ਜੋ ਜੈਸੀ ਜਿਸ ਕੀ ਮਨੋਕਾਮਨਾ ਹੋਤੀ ਹੈ ਉਹ ਪੂਰਨ ਹੋਤੀ ਹੈ। ਔਰ ਭੋਲੇ ਸ਼ੰਕਰ ਵੀ ਜਹਾਂ ਕਿਸੀ ਨਾ ਕਿਸੀ ਨੂੰ ਮੈਂ ਵਿਰਾਜਮਾਨ ਰੱਖਦੇ ਹੈ। ਮੇਰੀ ਰਿਹਾਇਸ਼ ਕਪੂਰਥਲੇ ਹੈ ਜੀ, ਵਪਾਰ ਮੇਰਾ ਜਲੰਧਰ ਆ। ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਪੰਡਿਤ ਜੀ ਦੇ ਸਹਿਯੋਗ ਦੇ ਨਾਲ, ਜਿੰਨਾ ਕੁ ਮੇਰਾ ਆਉਣਾ ਜਾਣਾ ਵਾ ਪਿਛਲੇ 20 ਸਾਲ ਤੋਂ ਇੱਥੇ, ਉਸ ਹਿਸਾਬ ਨਾਲ ਮੈਂ ਜਿੰਨਾ ਕੁ ਜਾਣਦਾ ਵਾ ਬੜਾ ਪ੍ਰਾਚੀਨ ਮੰਦਿਰ ਆ ਜੀ, ਔਰ ਮੇਰੇ ਤੇ ਬਹੁਤ ਕਿਰਪਾ ਜੀ ਇਸ ਮੰਦਿਰ ਦੀ। ਮੈਂ ਪਿਛਲੇ 20 ਸਾਲ ਤੋਂ ਆ ਰਿਹਾ ਜੀ ਇੱਥੇ। ਪ੍ਰਭੂ ਇੱਛਾ ਦੇ ਨਾਲ ਅਸੀਂ ਪਿਛਲੇ 20 ਸਾਲ ਤੋਂ ਤਕਰੀਬਨ ਜਿੰਨਾ ਭਵਨ ਦੀ ਡੈਕੋਰੇਸ਼ਨ ਆ ਕੋਈ ਫੁੱਲਾਂ ਦੀ ਸਜਾਵਟ ਆ ਉਹ ਕਰਵਾਈ ਦੀ ਹੈ ਜੀ। ਮੀਡੀਆ ਬੰਧੂਆਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਵਿਸਾਖੀ ਤੋਂ ਬਾਅਦ ਜਿਹੜਾ ਸ਼ਿਵਬਾੜੀ ਗਗਰੇਟ ਜਿਹੜਾ ਮੇਲਾ ਹੁੰਦਾ ਉਹ ਅੱਜ ਸਟਾਰਟ ਹੋ ਗਿਆ, ਤੇ ਸਾਡੇ ਵੱਲੋਂ ਸਾਰੇ ਭਗਤਾਂ ਨੂੰ ਸਾਰਿਆਂ ਨੂੰ ਸ਼ਰਧਾਲੂਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਇਸ ਮੇਲੇ ਬਾਰੇ ਦੱਸੋ, ਇਹ ਕਦੋਂ ਸ਼ੁਰੂ ਹੁੰਦਾ ਹੈ ਤੇ ਕੀ ਇਸ ਮੇਲੇ ਦਾ ਹੈਗਾ ਸਾਰਾ ਪ੍ਰੋਗਰਾਮ? ਦੇਖੋ ਜੀ, ਜ਼ਿਆਦਾ ਇਤਿਹਾਸ ਬਾਰੇ ਤਾਂ ਜਿਹੜੇ ਸਾਡੇ ਪੰਡਿਤ ਜੀ ਨੇ ਉਹ ਜ਼ਿਆਦਾ ਵਧੀਆ ਦੱਸਣਗੇ, ਤੁਸੀਂ ਜ਼ਰੂਰ ਉਹਨਾਂ ਨੂੰ ਪੁੱਛਿਓ। ਪਰ ਇੱਦਾਂ ਦੀ ਮਾਨਤਾ ਹੈ ਕਿ ਹਰ ਸਾਲ ਵਿਸਾਖੀ ਤੋਂ ਬਾਅਦ ਭੋਲੇ ਨਾਥ ਇੱਥੇ ਬਾਲ ਰੂਪ ਜਾ ਕੇ ਦਰਸ਼ਨ ਦਿੰਦੇ ਨੇ, ਇਸ ਕਰਕੇ ਹਜ਼ਾਰੋਂ ਜਿਹੜੇ ਸ਼ਰਧਾਲੂ ਨੇ ਹਰ ਸਾਲ ਇੱਥੇ ਆ ਕੇ ਆਪਣਾ ਮੱਥਾ ਝੁਕਾਉਂਦੇ ਨੇ, ਮੱਥਾ ਟੇਕਦੇ ਨੇ। ਅਤੇ ਇਸ ਵਾਰੀ ਖਾਸ ਇਹ ਹੈ ਕਿ ਅਸੀਂ ਪਹਿਲੀ ਵਾਰੀ ਸਾਂਸਕ੍ਰਿਤਿਕ ਪ੍ਰੋਗਰਾਮ ਸਟਾਰਟ ਕੀਤਾ, ਪਹਿਲਾਂ ਇੱਥੇ ਮੇਲੇ 'ਚ ਝੂਲੇ ਦੁਕਾਨਾਂ ਦਾ ਪ੍ਰੋਗਰਾਮ ਹੁੰਦਾ ਸੀ। ਸਾਡਾ ਪ੍ਰਯਾਸ ਇਹ ਹੈ ਪ੍ਰਸ਼ਾਸਨ ਦਾ ਕਿ ਅਸੀਂ ਮੇਲੇ ਨੂੰ ਥੋੜ੍ਹਾ ਹੋਰ ਉੱਚ ਸਤਰ 'ਤੇ ਲੈ ਕੇ ਜਾਈਏ, ਇਸ ਲਈ ਇਸ ਵਾਰੀ ਜਿਹੜੇ ਲੋਕਲ ਕਲਾਕਾਰ ਹੈ ਉਹ ਇੱਥੇ ਸਾਡਾ ਰੰਗਮੰਚ ਨੂੰ ਸਜਾਉਣਗੇ। ਅਤੇ ਅੱਜ ਸ਼ਨੀਵਾਰ ਦਾ ਦਿਨ ਹੈ, ਅੱਜ ਕਲਾਕਾਰ ਪਰਫੋਰਮ ਕਰਨਗੇ, ਅਤੇ ਕੱਲ੍ਹ ਸਾਡਾ ਜੰਗਮ ਵਾਲਾ ਪ੍ਰਦਰਸ਼ਨ ਪ੍ਰੋਗਰਾਮ ਹੈਗਾ, ਉਹਦੇ ਵਿੱਚ ਸ਼ਿਵ ਪਾਰਵਤੀ ਵਿਵਾਦ ਆ ਉਹਨਾਂ ਨੇ ਜਿਹੜਾ ਹੈਗਾ ਜੰਗਮਾਂ ਨੇ ਪਰਫੋਰਮ ਕਰਨਾ। ਕਿੰਨੇ ਦਿਨ ਮੇਲਾ ਲੱਗਦਾ ਜੀ ਇਹ? ਦੋ ਦਿਨ ਦਾ ਮੇਲਾ ਹੁੰਦਾ ਹੈ ਜੀ, ਸ਼ਨੀਵਾਰ ਔਰ ਐਤਵਾਰ, ਜਿਹੜਾ ਵਿਸਾਖੀ ਵਾਲੇ ਤੋਂ ਸ਼ਨੀਵਾਰ ਤੋਂ ਨੈਕਸਟ ਵਾਲੇ ਸ਼ਨੀਵਾਰ ਐਤਵਾਰ ਹੁੰਦਾ। ਆਪਾਂ ਵੀ ਦੇਖਿਆ ਸਰ, ਇਹ ਰਸਤਾ ਵੀ ਕੁਛ ਇਹ ਨਵਾਂ ਬਣਿਆ, ਇਹਦਾ ਕੀ ਹੈਗਾ ਜੀ? ਤੁਸੀਂ ਦੇਖਿਆ ਹੋਣਾ ਕਿ ਜਿਹੜਾ ਪਹਿਲਾਂ ਜਦੋਂ ਸ਼ਰਧਾਲੂ ਆਉਂਦੇ ਸੀ ਉੱਪਰ ਜਾਂਦੇ ਸੀ ਤੇ ਬਾਅਦ ਚ ਮੇਲੇ 'ਚ ਵਾਪਸ ਆਉਣ ਲਈ ਰਸਤਾ ਨਹੀਂ ਸੀਗਾ, ਤੇ ਅਸੀਂ ਜਦੋਂ ਇਸ ਟਾਈਮ ਤਾਂ ਚਲੋ ਰਸ਼ ਘੱਟ ਹੈ, ਪਰ ਜਦੋਂ ਇਹ ਮੇਲਾ ਪੂਰੇ ਚਰਮ ਤੇ ਪਹੁੰਚੇਗਾ ਉਦੋਂ ਰਸ਼ ਬਹੁਤ ਜ਼ਿਆਦਾ ਹੋ ਜਾਂਦਾ, ਤੇ ਸ਼ਰਧਾਲੂਆਂ ਲਈ ਮੇਲੇ 'ਚ ਵਾਪਸ ਆਉਣਾ ਬੜਾ ਮੁਸ਼ਕਲ ਹੋ ਜਾਂਦਾ। ਤੇ ਇਸ ਲਈ ਆਪਾਂ ਇਹ ਨਵਾਂ ਰਸਤਾ ਬਣਾਇਆ ਔਰ ਇਹਨੂੰ ਸ਼ਿਵ ਵਾਟਿਕਾ ਦਾ ਅਸੀਂ ਨਾਮ ਦਿੱਤਾ। ਤੁਸੀਂ ਦੇਖਿਆ ਹੋਣਾ ਇੱਥੇ ਕਾਫੀ ਹਰਿਆਲੀ ਹੈ, ਹੌਲੀ ਹੌਲੀ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਇਹ ਟਰੈਕ ਵੀ ਰੈਗੂਲਰ ਹੋ ਜਾਏਗਾ, ਇੱਥੇ ਇੰਟਰਲੋਕ ਟਾਈਲਸ ਪੈ ਜਾਣਗੀਆਂ ਤੇ ਅੱਗੇ ਸ਼ਿਵ ਵਾਟਿਕਾ ਇੱਥੇ ਪ੍ਰੋਪਰ ਲਿਖਾਇਆ ਵੀ ਜਾਏਗਾ, ਇਹਦੀ ਖੂਬਸੂਰਤੀ ਹੋਰ ਵਧੀਆ ਕੀਤੀ। ਨਾਮ ਜੀ ਆਪਣਾ? ਮੇਰਾ ਨਾਮ ਹਰਜਿੰਦਰ ਕੁਮਾਰ ਜੀ। ਆਪਾਂ ਕਿਹੜੀ ਜਗ੍ਹਾ ਤੋਂ ਆਏ ਆ? ਜਲੰਧਰ ਤੋਂ ਜੀ। ਆਪਾਂ ਇੱਥੇ ਹਰ ਸਾਲ ਆਉਂਦੇ ਆ? ਹਾਂਜੀ ਹਾਂਜੀ, ਹਰ ਸਾਲ ਆਉਂਦੇ ਭਾਜੀ। ਅੱਜ ਦੀ ਇਸ ਕਥਾ ਬਾਰੇ ਕੁਛ
ਹੈ ਗਿਆਨ ਤੁਹਾਨੂੰ ਕਿ ਅੱਜ ਦਾ ਦਿਨ ਇੱਥੇ ਕਿਉਂ ਮੇਲਾ ਲੱਗਦਾ? ਹਾਂ, ਥੋੜਾ ਬਹੁਤਾ ਪਤਾ ਆਪਣੇ ਆਉਂਦੇ ਨਾ ਇੱਥੇ ਭੋਲੇ ਸ਼ੰਕਰ ਜੀ, ਅੱਜ ਦੇ ਦਿਨ ਵਿਸਾਖੀ ਤੋਂ ਇੱਕ ਸ਼ਨੀਵਾਰ ਛੱਡ ਕੇ ਅਗਲੇ ਹਰ ਸ਼ਨੀਵਾਰ ਮਤਲਬ ਕਿ ਮੇਲਾ ਲੱਗਦਾ ਇੱਥੇ। ਸਾਨੂੰ ਆਉਂਦੇ ਨੂੰ 20 ਸਾਲ ਹੋ ਗਏ। ਅੱਛਾ, 20-25 ਸਾਲ ਹੀ ਹੋ ਗਏ। ਹਾਂਜੀ, ਤੇ ਅੱਜ ਆਪਾਂ ਪੂਰੇ ਪਰਿਵਾਰ ਨਾਲ ਆਏ ਆ। ਹਾਂਜੀ ਹਾਂਜੀ, ਪਰਿਵਾਰ ਨਾਲ ਹੀ ਤੇ ਮੱਥਾ ਟੇਕ ਲਿਆ ਆਪਾਂ। ਹਾਂਜੀ, ਖੁੱਲੇ ਦਰਸ਼ਨ ਆਏ ਜੀ। ਹਾਂਜੀ ਹਾਂਜੀ, ਕੀ ਨਾਮ ਜੀ ਆਪਣਾ? ਮਧੂ। ਇਹ ਕਿਹੜੀ ਜਗ੍ਹਾ ਤੋਂ ਆਏ ਆਪਾਂ? ਜਲੰਧਰ। ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਸ਼ਿਵਪੁਰੀ ਕੰਕਰੀਟ ਚ ਮੇਲਾ ਲੱਗਾ ਜੀ? ਜੀ ਆਪ ਆਂਦੇ ਇੱਥੇ ਦਰਸ਼ਨ ਦੇਣ, ਕਿਉਂਕਿ ਰਿਸ਼ੀ ਦਰਾਣਾਚਾਰਿਆ ਜੀ ਦੀ ਬੇਟੀ ਨੂੰ ਦਰਸ਼ਨ ਹੋਏ ਸੀ। ਉਹਨਾਂ ਨੇ ਆਪਣੀ ਬੱਚੀ ਨੂੰ ਕਿਹਾ ਸੀਗਾ ਤੂੰ ਇੱਥੇ ਸੇਵਾ ਕਰ, ਤੇ ਉਹ ਸੇਵਾ ਕਰਨ ਦੇ ਜਦੋਂ ਸੇਵਾ ਕਰਦੀ ਸੀ ਨਾ, ਉਹ ਕਹਿੰਦੀ ਭੋਲੇ ਸ਼ੰਕਰ ਤੁਸੀਂ ਆਪ ਆ ਕੇ ਪ੍ਰਸ਼ਾਦ ਗ੍ਰਹਿਣ ਕਰੋ, ਤੇ ਸਾਕਸ਼ਾਤ ਪ੍ਰਭੂ ਆਪ ਆਏ ਸੀ। ਜਦੋਂ ਉਹਨਾਂ ਨੇ ਦਰਸ਼ਨ ਦਿੱਤੇ ਤੇ ਉਹ ਨਹੀਂ ਮੰਨ ਰਹੇ ਸੀ, ਦਰੋਣਾਚਾਰਿਆ ਜੀ ਕਹਿੰਦੇ ਤੈਨੂੰ ਸਾਕਸ਼ਾਤ ਭੋਲੇ ਸ਼ੰਕਰ ਜੀ ਦਰਸ਼ਨ ਦਿੱਤੇ, ਫਿਰ ਉਹਨਾਂ ਨੂੰ ਵੀ ਦਰਸ਼ਨ ਹੋਏ। ਤੇ ਜਦੋਂ ਵਿਸਾਖੀ ਤਾਂ ਦੂਸਰਾ ਸ਼ਨੀਵਾਰ ਆਉਂਦਾ ਹੈ, ਭੋਲੇ ਸ਼ੰਕਰ ਆਉਂਦੇ ਆ ਤੇ ਇਸ ਲਈ ਸਭ ਭਗਤਾਂ ਨੂੰ ਕਹਿੰਦੇ ਇੱਥੇ ਆ ਕੇ ਦਰਸ਼ਨ ਕਰੋ, ਕਿਹਦੀ ਮਨੋਕਾਮਨਾ ਸਭ ਦੀ ਪੂਰਨ ਕਰਕੇ ਜਾਂਦੇ ਆ। ਉਹਨਾਂ ਦੀ ਇੰਨੀ ਕਿਰਪਾ ਹੈ, ਬਹੁਤ ਜ਼ਿਆਦਾ। ਨਾ ਆ ਕੇ ਜਲ ਦਾ ਛੱਟਾ ਲੈਣਾ ਜ਼ਰੂਰ। ਹਾਂ, ਗੰਗਾ ਜਲ ਦਾ ਛੱਟਾ ਲਓ, ਲੈ ਕੇ ਤੇ ਫਿਰ ਜੋ ਮੰਗੋ ਪੂਰਾ ਹੁੰਦਾ, ਜੋ ਮੰਗੋ। ਜੈ ਮਹਾਦੇਵ, ਜੈ ਮਹਾਦੇਵ। ਕੀ ਨਾਮ ਜੀ ਆਪਣਾ? ਰਿਸ਼ ਵਾਦੀਆ ਜੀ। ਅੱਜ ਕਿਸ ਜਗ੍ਹਾ ਤੇ ਆਪਾਂ ਆਏ ਹੈਗੇ ਆ ਤੇ ਲੰਗਰ ਦਾ ਕੀ ਉਪਲਕਸ਼ ਹੈਗਾ ਅੱਜ ਦਾ ਲਗਾਉਂਦੇ, ਦੱਸੋ। ਇਹ ਗਗਰੇਟ ਸ਼ਿਵਬਾੜੀ ਦੋ ਸ਼ਿਵ ਮੰਦਿਰ ਦੇ ਵਿੱਚ ਅਸੀਂ ਆਏ ਆ, ਤਾਂ ਇੱਥੇ ਹਰ ਸਾਲ ਵਿਸਾਖੀ ਤੋਂ ਬਾਅਦ ਇੱਕ ਸ਼ਨੀਵਾਰ ਛੱਡ ਕੇ ਅਗਲੇ ਸ਼ਨੀਵਾਰ ਬੜਾ ਪ੍ਰਾਚੀਨ ਮੇਲਾ ਲੱਗਦਾ ਆ ਰਿਹਾ ਹੈ। ਉਸ ਦੇ ਵਿੱਚ ਸਾਡੇ ਫਾਦਰ ਸਾਹਿਬ ਲੰਗਰ ਲਗਾਉਂਦੇ ਆ ਰਹੇ ਆ। ਉਸ ਤੋਂ ਬਾਅਦ ਅਸੀਂ ਕਿੰਨੇ ਸਾਲ ਹੋ ਗਏ ਤਾਂ ਸਾਡੇ ਫਾਦਰ ਸਾਹਿਬ ਮੇਰਾ 50-60 ਸਾਲ ਦੀ ਗੱਲ ਹੋ ਗਈ ਹੈ, ਸਾਡੀ ਉਮਰ 60 ਸਾਲ ਹੋ ਗਈ ਹੈ। ਅਸੀਂ ਛੋਟੇ ਛੋਟੇ ਆਉਂਦੇ ਸੀ ਉਹਨਾਂ ਦੇ ਨਾਲ। ਕਦੋਂ ਪਹੁੰਚਦੇ ਸੀਗੇ? ਅਸੀਂ ਕੱਲ੍ਹ ਆਏ ਸੀਗੇ ਸ਼ੁੱਕਰਵਾਰ। ਤੇ ਅੱਜ ਕੀ ਕੀ ਆਈਟਮ ਬਣਾਈ ਆ ਭਗਤਾਂ ਲਈ? ਅੱਜ ਭਗਤਾਂ ਲਈ ਖੀਰ ਬਣਾਈ ਆ, ਦਹੀਂ ਭੱਲਾ ਬਣਾਇਆ, ਰੁਮਾਲੀ ਫੁਲਕਾ, ਰਾਜਮਾ, ਕੜੀ ਚਾਵਲ ਬਣੇ ਨੇ। ਹਾਂਜੀ, ਕਦੋਂ ਤੱਕ ਚੱਲਣਾ ਲੰਗਰ? ਸ਼ਾਮ ਤੱਕ। ਸ਼ਾਮ ਤੱਕ ਚੱਲਣਾ ਜੀ ਲੰਗਰ, ਜਿੰਨੀ ਦੇਰ ਤੱਕ ਸੰਗਤ ਰਹਿੰਦੀ ਆ ਲੰਗਰ ਉਨੀ ਦੇਰ ਤੱਕ ਚੱਲਦਾ ਰਹਿੰਦਾ। ਪ੍ਰਸ਼ਾਸਨ ਦੇ ਇੰਤਜ਼ਾਮ ਜਿਹੜੇ ਹੋਏ ਤੁਹਾਨੂੰ ਕਿੱਦਾਂ ਦੇ ਲੱਗੇ? ਪ੍ਰਸ਼ਾਸਨ ਦੇ ਇੰਤਜ਼ਾਮ ਵਧੀਆ ਆ, ਠੀਕ ਆ, ਫਸਟ ਕਲਾਸ ਆ, ਸਾਰਿਆਂ ਸਹਿਯੋਗ ਕਰਦੇ ਆ ਪਬਲਿਕ ਦੇ ਨਾਲ। ਸਵੇਰੇ ਚਾਹ ਪਕੌੜਾ ਲਗਾਇਆ ਸੀਗਾ, ਬ੍ਰੈਡ ਪਕੌੜਾ ਸੰਗਤ ਨੂੰ ਖਵਾਇਆ। ਹਾਂਜੀ ਵਾਲੀਆ ਜੀ, ਇਹ ਆਪਾਂ ਕਦੋਂ ਤੋਂ ਲੰਗਰ ਲਗਾਉਂਦੇ ਆ ਰਹੇ ਆ? ਇਹ ਮੈਂ ਛੋਟਾ ਜਿਹਾ ਹੁੰਦਾ ਸੀਗਾ ਜੀ, ਦਾਦਾ ਜੀ ਸਾਡੇ ਲਾਉਂਦੇ ਹੁੰਦੇ ਸੀਗੇ, ਬਹੁਤ ਪੁਰਾਣਾ। ਅੱਛਾ, ਹਾਂਜੀ, ਸਾਨੂੰ ਹੋ ਗਏ 30-35 ਸਾਲ ਹੋ ਗਏ। ਇਹ ਕਿੱਥੋਂ ਆਨੇ ਆਪਾਂ ਲੰਗਰ ਲਗਾਉਣ? ਆਪਾਂ ਹੁਸ਼ਿਆਰਪੁਰੋਂ ਜੀ, ਨਈਬੱਦੀ ਤੋਂ। ਨਈਬੱਦੀ? ਅੱਛਾ, ਹਾਂਜੀ ਹਾਂਜੀ। ਤੇ ਅੱਜ ਕਿੰਨੇ ਕੁ ਸੰਗਤ ਇੱਥੇ, ਕਦੋਂ ਆਪਾਂ ਆਏ ਪਹੁੰਚ ਗਏ ਸੀ ਇੱਥੇ? ਅੰਕਲ ਜੀ, ਕੀ ਨਾਮ ਹੈ ਤੁਹਾਡਾ? ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਲਗਾਤਾਰ ਆਉਂਦਿਆਂ ਨੂੰ? 40 ਸਾਲ ਦੇ ਉੱਪਰ। ਅੱਛਾ, ਲਗਾਤਾਰ ਇੱਥੇ ਹਰ ਸਾਲ ਆਉਂਦੇ ਆ। ਕੀ ਕਹਿਣਾ ਚਾਹੋਗੇ ਆਏ ਦੇ ਇਸ ਸ਼ੁਭ ਦਿਹਾੜੇ ਤੇ? ਕੀ ਕਹਿਣਾ ਚਾਹੋਗੇ? ਸ਼੍ਰੀ ਰਾਮ ਜੈ ਰਾਮ ਜੈ ਰਾਮ। ਕਿਆ ਬਾਤ ਹੈ। ਆਏ
ਕਰ ਪਿਆਰੇ ਮੋਕਾ ਦਿਲ